ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਨਿਮਰਤ ਕ੍ਰੀਏਸ਼ਨ। ਅੱਜ ਦੀ ਵੀਡੀਓ ਲੈ ਕੇ ਆਏ ਹਾਂ, ਅੱਜ ਤੁਹਾਡੇ ਲਈ ਆਪਾਂ ਬਾਟਮ ਵਰਕ ਵਾਲੇ ਸੂਟ ਲੈ ਕੇ ਆਏ ਹਾਂ। ਬੜੀ ਪਿਆਰੀ ਕਲੈਕਸ਼ਨ ਹੈ ਜੀ, ਪਿਓਰ ਕਾਟਨ ਦੇ ਸੂਟ ਵੀ ਦਿਖਾਵਾਂਗੇ ਅਤੇ ਪਿਓਰ ਮਸਲੀਨ ਦੇ ਸੂਟ ਵੀ ਦਿਖਾਵਾਂਗੇ। ਦੋਨੋਂ ਤਰ੍ਹਾਂ ਦੀ ਕਲੈਕਸ਼ਨ ਹੈ ਜੀ। ਆਪਾਂ ਪ੍ਰਾਈਜ਼ ਮੈਂ ਨਾਲ ਦੀ ਨਾਲ ਸਾਰੇ ਸੂਟਾਂ ਦੇ ਦੱਸੀ ਜਾਣੇ ਆ। ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਅਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ। ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ, 9:15 9:30 ਦੇ ਕਰੀਬ। ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਊਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ। ਬਾਕੀ ਜਿਨ੍ਹਾਂ ਨੇ ਸਟਿੱਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਾਉਣੇ ਹੁੰਦੇ ਜੀ, ਤਾਂ ਵੀ ਤੁਸੀਂ ਮੰਗਾ ਸਕਦੇ ਹੋ। ਅਨਸਟਿੱਚ ਸੂਟ ਮੰਗਾਉਣਾ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਤੇ ਕੋਰੀਅਰ ਚਾਰਜਿਸ ਅਲੱਗ ਤੋਂ ਹੁੰਦੇ, ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ। ਅਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8463 8403। ਇਸ ਸਾਈਡ ਸਕਰੀਨ 'ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ, ਇਸੇ ਨੰਬਰ 'ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ, ਇਸੇ ਨੰਬਰ 'ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ। ਔਨਲਾਈਨ ਹੀ ਪੇਮੈਂਟ ਕਰਨੀ ਹੁੰਦੀ ਹੈ ਜੀ, ਕੈਸ਼ ਔਨ ਡਿਲੀਵਰੀ ਨਹੀਂ ਹੈਗੀ। ਅਤੇ ਬਾਕੀ ਜਿਨ੍ਹਾਂ ਨੇ ਸ਼ੋਪ 'ਤੇ ਆ ਕੇ ਪਰਚੇਜ਼ਿੰਗ ਕਰਨੀ ਹੈ, ਜਦ ਮਰਜ਼ੀ ਤੁਸੀਂ ਸ਼ੋਪ 'ਤੇ ਆ ਸਕਦੇ ਹੋ ਜੀ, ਮੰਡੇ ਟੂ ਸੈਟਰਡੇ। ਅਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ, ਦੇਖਦੇ ਹਾਂ ਇਸਦਾ ਪਹਿਲਾ ਸੂਟ। ਇਹ ਦੇਖੋ, ਪਿਓਰ ਕਾਟਨ ਦੇ ਵਿੱਚ ਸੂਟ ਹੈ, ਵਿਦਾਊਟ ਲਾਈਨਿੰਗ ਸੂਟ ਬਣਨਾ, ਬਲੈਕ ਕਲਰ ਦੇ ਵਿੱਚ ਹੈ। ਪ੍ਰਿੰਟ ਦੇਖੋ ਕਿੰਨਾ ਪਿਆਰਾ, ਬਹੁਤ ਪਿਆਰਾ ਪ੍ਰਿੰਟ ਹੈ, ਬਹੁਤ ਹੀ ਸੌਫਟ ਬ੍ਰੈਂਡਿਡ ਕਾਟਨ ਹੈ, ਬੜਾ ਸੋਹਣਾ ਪ੍ਰਿੰਟ ਹੈ, ਬਹੁਤ ਜ਼ਿਆਦਾ ਸੋਹਣਾ। ਅਤੇ ਇਹ ਆ ਗਈ ਆਪਣੀ ਸ਼ਰਟ ਪ੍ਰਿੰਟਡ 2.5 ਮੀਟਰ ਦੀ, ਅਤੇ ਨਾਲ ਹੈਗੀ ਹੈ ਬੋਟਮ, ਅਤੇ ਬੋਟਮ 'ਤੇ ਬੜਾ ਪਿਆਰਾ ਵਰਕ ਹੋਇਆ ਜੀ। ਇਹ ਬੋਟਮ 'ਤੇ ਵਰਕ ਆ ਜਾਣਾ, ਸਟਰੇਟ ਸਲਵਾਰ ਦੇ ਹਿਸਾਬ ਨਾਲ ਵਰਕ ਹੈ ਇਹ ਕੀਤਾ ਹੋਇਆ। ਤੁਸੀਂ ਇਹਦੇ ਨਾਲ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ, ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ। ਇਹ ਬੋਟਮ 'ਤੇ ਵਰਕ ਆ ਜਾਣਾ ਨਾਲ, ਅਤੇ ਇਹਦੇ ਨਾਲ ਹੈਗਾ ਆਪਣੇ ਕੋਲ ਪਿਓਰ ਕੋਟੇ ਦਾ ਦੁਪੱਟਾ, ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਜੀ। ਮੈਂ ਹਮੇਸ਼ਾ ਦੱਸਦੀ ਹੁੰਦੀ ਹਾਂ ਤੁਹਾਨੂੰ ਵੀ ਜਿਹੜੇ ਮੇਰੇ ਸੂਟ ਹੁੰਦੇ ਆ ਉਹਨਾਂ ਨਾਲ ਤੁਹਾਨੂੰ 2.5 ਮੀਟਰ ਦੇ ਹੀ ਦੁਪੱਟੇ ਮਿਲਣਗੇ। ਇਹ ਦੇਖੋ, ਪਿਓਰ ਕੋਟੇ ਦਾ ਦੁਪੱਟਾ ਹੈ ਅਤੇ ਦੁਪੱਟੇ 'ਤੇ ਵੀ ਵਰਕ ਹੈ ਜੀ। 4 ਸਾਈਡ ਪਹਿਲਾਂ ਤਾਂ ਪਿੰਕ ਕਲਰ ਦਾ ਕੱਟ ਵਰਕ ਹੋਇਆ, ਜਿਹੜੇ ਜਿਹੜੇ ਥਰੈਡ ਦੇਖੋ ਇਸ ਦੇ ਵਿੱਚ ਯੂਜ਼ ਕੀਤੇ ਹੋਏ ਆ, ਜਿਵੇਂ ਆਹ ਘੀਆ ਰੰਗ ਆ ਗ੍ਰੀਨਿਸ਼ ਟੋਨ 'ਤੇ ਆ, ਬਰਾਊਨ ਮਸਟਰਡ ਹੈ ਅਤੇ ਪਿੰਕ ਹੈ, ਉਹੀ ਸੇਮ ਕਲਰ ਆਪਾਂ ਦੁਪੱਟੇ ਦੇ ਵਿੱਚ ਯੂਜ਼ ਕੀਤੇ ਹੋਏ ਆ। ਪਿੰਕ ਕਲਰ ਦਾ ਕੱਟ ਵਰਕ ਹੈ, ਵਿੱਚ ਉਵੇਂ ਗ੍ਰੀਨ ਕਲਰ ਹੈ, ਇਹ ਬਰਾਊਨ ਮਸਟਰਡ ਕਲਰ ਯੂਜ਼ ਕੀਤਾ ਹੋਇਆ, ਬਹੁਤ ਪਿਆਰਾ। ਵਿੱਚ ਸਾਰਾ ਇਹ ਦੁਪੱਟੇ ਦੇ ਵਿੱਚ ਜਿਹੜੀਆਂ ਲਾਈਨਾਂ ਦਿਖ ਰਹੀਆਂ ਇਹ ਵਰਕ ਕੀਤਾ ਹੋਇਆ ਜੀ ਸਾਰਾ, ਇਹ ਜਿਹੜੀਆਂ ਵਿੱਚ ਤੁਹਾਨੂੰ ਲਾਈਨਾਂ ਦਿਖ ਰਹੀਆਂ ਇਹ ਸਾਰਾ ਵਰਕ ਕੀਤਾ ਹੋਇਆ, ਅਤੇ 4 ਸਾਈਡ ਕੱਟ ਵਰਕ ਹੈ, ਇਹ ਸਾਰਾ ਵਰਕ ਹੈ ਜੀ ਦੁਪੱਟੇ 'ਤੇ ਜਿਹੜਾ ਕੀਤਾ ਹੋਇਆ, ਪੂਰਾ 2.5 ਮੀਟਰ ਦਾ ਦੁਪੱਟਾ ਪਿਓਰ ਕੋਟੇ ਦੇ ਵਿੱਚ, ਬਹੁਤ ਪਿਆਰਾ ਸੂਟ ਹੈ। 2500 ਪ੍ਰਾਈਜ਼ ਹੈ ਜੀ, 2500 ਪ੍ਰਾਈਜ਼ ਦੇ ਨਾਲ ਅੱਜ ਦਾ ਆਪਣਾ ਪਹਿਲਾ ਸੂਟ ਬਲੈਕ ਕਲਰ ਦੇ ਵਿੱਚ, 2500 ਪ੍ਰਾਈਜ਼ ਹੈ ਜੀ ਇਹ ਵਾਲੇ ਸੂਟ ਦਾ। ਨੈਕਸਟ ਸੂਟ ਦਿਖਾਵਾਂਗੇ, ਸਿੰਗਲ ਸਿੰਗਲ ਸੂਟ ਹੋਣਗੇ ਇਹ ਆਪਣੇ, ਅਤੇ ਬਹੁਤ ਫਾਈਨ ਕਾਟਨ ਹੈ। ਨੈਕਸਟ ਸੂਟ ਆ ਗਿਆ ਸਕਿਨ ਕਲਰ ਦੇ ਵਿੱਚ, ਪ੍ਰਿੰਟ ਦੇਖੋ ਕਿੰਨਾ ਪਿਆਰਾ, ਬੇਸ ਸਕਿਨ ਹੈ ਗੋਲਡਨ ਸਕਿਨ, ਅਤੇ ਪ੍ਰਿੰਟ ਬੜਾ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ। ਬਹੁਤ ਹੀ ਸੌਫਟ ਕਾਟਨ ਹੈ, ਇਹ ਸ਼ਰਟ ਆ ਗਈ, ਇਸ ਦੇ ਨਾਲ ਹੀ ਕਰੀਮ ਬੋਟਮ, ਇਹ ਬੋਟਮ 'ਤੇ ਵਰਕ ਆ ਗਏ, ਬਹੁਤ ਸੋਹਣੇ ਥਰੈਡ ਯੂਜ਼ ਕੀਤੇ ਹੋਏ ਆ ਵਰਕ ਦੇ ਵਿੱਚ ਵੀ, ਇਹ ਬੋਟਮ 'ਤੇ ਵਰਕ ਹੈ, ਅਤੇ ਇਸ ਦੇ ਨਾਲ ਹੈਗਾ ਪਿਓਰ ਕੋਟੇ ਦਾ ਦੁਪੱਟਾ, ਦੁਪੱਟੇ ਦੇ 4 ਸਾਈਡ ਕੱਟ ਵਰਕ ਹੈ ਸੇਮ, ਅਤੇ ਵਿੱਚ ਬੜੀ ਸੋਹਣੀ ਇਹ ਵਿਚੜੀ ਲਾਈਨਾਂ ਦਿਖ ਰਹੀਆਂ ਤੁਹਾਨੂੰ, ਇਹ ਸਾਰਾ ਵਰਕ ਹੈ ਜੀ ਦੁਪੱਟੇ ਦੇ ਵਿੱਚ।
ਬਹੁਤ ਸੋਹਣਾ ਵਰਕ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ। ਇਹ ਟੇਢੀਆਂ ਲਾਈਨਾਂ ਬਣੀਆਂ ਹੋਈਆਂ, ਇਹ ਵੀ ਸਾਰਾ ਵਰਕ ਹੈ ਜੀ। ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ ਫੁੱਲ ਲੈਂਥ ਦਾ, 2500 ਪ੍ਰਾਈਸ ਦੇ ਨਾਲ, 2500 ਪ੍ਰਾਈਸ ਦੇ ਨਾਲ ਆਪਣਾ ਇਹਨਾਂ ਦਾ ਸੂਟ 2500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ। ਅਤੇ ਨੈਕਸਟ ਸੂਟ ਦਿਖਾਉਂਦੇ ਹਾਂ, ਕਰੀਮ ਬੇਸ 'ਤੇ ਹੈ, ਬਹੁਤ ਹੀ ਸੌਫਟ ਕਾਟਨ ਹੈ, ਬਹੁਤ ਪਿਆਰੇ ਪ੍ਰਿੰਟ ਇਹਨਾਂ ਸੂਟਾਂ ਦੇ, ਗਰਮੀਆਂ ਦੇ ਅਕੋਰਡਿੰਗ ਕਲਰ ਅਤੇ ਪ੍ਰਿੰਟਿੰਗ ਬੜੇ ਪਿਆਰੇ, ਵਿਦਆਊਟ ਲਾਈਨਿੰਗ ਸੂਟ ਬਣਨਗੇ, ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਇਹਨਾਂ ਨੂੰ। ਇਸ ਦੇ ਨਾਲ ਵੀ ਕਰੀਮ ਬੋਟਮ ਹੈ, ਬੜਾ ਪਿਆਰਾ ਵਰਕ ਬੋਟਮ 'ਤੇ ਹੋਇਆ, ਇਹ ਬੋਟਮ 'ਤੇ ਵਰਕ ਆ ਜਾਣਾ, ਸਟੇਟ ਸਲਵਾਰ ਦੇ ਹਿਸਾਬ ਨਾਲ ਵਰਕ ਕੀਤਾ ਹੋਇਆ, ਅਤੇ ਨਾਲ ਪਿਓਰ ਕੋਟੇ ਦਾ ਦੁਪੱਟਾ। ਦੁਪੱਟਿਆਂ 'ਤੇ ਵੀ ਬਹੁਤ ਸੋਹਣਾ ਵਰਕ ਹੈ, ਫੋਰ ਸਾਈਡ ਕੱਟ ਵਰਕ ਦੇ ਨਾਲ ਸਾਰੇ ਦੁਪੱਟੇ ਦੇ ਵਿੱਚ ਦੇਖ ਸਕਦੇ ਹੋ, ਬਹੁਤ ਪਿਆਰਾ ਵਰਕ ਹੋਇਆ। ਪੂਰੇ ਖੁੱਲ੍ਹੇ ਦੁਪੱਟੇ ਹੈ, 2.5 ਮੀਟਰ ਦੇ ਦੁਪੱਟੇ ਫੁੱਲ ਲੈਂਥ ਦੇ, ਬੜੇ ਪਿਆਰੇ ਸੂਟ। 2500 ਪ੍ਰਾਈਜ਼ ਹੈ ਜੀ, 2500 ਪ੍ਰਾਈਜ਼ ਹੈ ਇਹਨਾਂ ਸੂਟਾਂ ਦਾ, ਬੜੇ ਪਿਆਰੇ ਸੂਟ। ਨੈਕਸਟ ਸੂਟ ਆ ਗਿਆ ਆਪਣਾ, ਬਹੁਤ ਪਿਆਰਾ ਕਲਰ, ਇਹ ਜਿਵੇਂ ਸਕਾਈ ਬਲੂ ਜਾਂ ਗ੍ਰੀਨਿਸ਼ ਜੀ ਟੋਨ 'ਤੇ ਇਹਦਾ ਬੇਸ ਹੈ, ਅਤੇ ਪ੍ਰਿੰਟ ਬੜਾ ਪਿਆਰਾ ਸੂਟ ਦਾ, ਬਹੁਤ ਸੋਹਣਾ ਪ੍ਰਿੰਟ ਹੈ, ਪਿਓਰ ਕੋਟਨ ਦੇ ਵਿੱਚ ਵਿਦਆਊਟ ਲਾਈਨਿੰਗ ਸੂਟ ਬਣਨਗੇ। ਅਤੇ ਇਹ ਹੈਗੀ ਇਸ ਦੇ ਨਾਲ ਇਹ ਬੋਟਮ ਹੈ, ਬੋਟਮ 'ਤੇ ਵਰਕ ਆ ਗਿਆ, ਸੇਮ ਜਿਹੜਾ ਪ੍ਰਿੰਟ ਦੇ ਵਿੱਚ ਹੁੰਦਾ ਉਹੀ ਆਪਾਂ ਥਰੈਡ ਯੂਜ਼ ਕੀਤੇ ਹੁੰਦੇ, ਜਿਹੜਾ ਕਲਰ ਆਪਣੀ ਸ਼ਰਟ ਦੇ ਵਿੱਚ ਹੁੰਦਾ। ਅਤੇ ਨਾਲ ਕੋਟਾ ਦੁਪੱਟਾ, ਦੁਪੱਟੇ ਦੇ ਦੇਖੋ ਕਿੰਨਾ ਪਿਆਰਾ ਵਰਕ, ਸਾਰੇ ਦੁਪੱਟੇ ਦੇ ਵਿੱਚ ਕੱਟ ਵਰਕ ਵੀ ਹੈ ਅਤੇ ਸਾਰੇ ਦੁਪੱਟੇ ਦੇ ਵਿੱਚ ਸਾਰਾ ਵਰਕ ਹੈ ਜੀ, ਬਹੁਤ ਪਿਆਰੇ ਦੁਪੱਟੇ, ਬਹੁਤ ਸੋਹਣਾ ਸੂਟ ਹੈ ਵੀ। 2500 ਪ੍ਰਾਈਜ਼ ਦੇ ਨਾਲ, 2500 ਪ੍ਰਾਈਜ਼ ਦੇ ਨਾਲ ਆਪਣੇ ਸੂਟ। ਨੈਕਸਟ ਸੂਟ ਆ ਗਿਆ ਵੀ ਸਕਿਨ ਕਲਰ ਦੇ ਵਿੱਚ, ਅਤੇ ਪ੍ਰਿੰਟਿੰਗ ਬੜੀ ਪਿਆਰੀ ਹੈ ਇਹਦੀ ਵੀ, ਬਹੁਤ ਸੋਹਣਾ ਪ੍ਰਿੰਟ ਹੈ, ਕੋਈ ਲਾਈਨਿੰਗ ਦੀ ਲੋੜ ਨਹੀਂ, ਵਿਦਆਊਟ ਲਾਈਨਿੰਗ ਸੂਟ ਬਣਨਗੇ। ਅਤੇ ਇਹ ਹੈਗੀ ਇਸ ਦੀ ਬੋਟਮ, ਬੋਟਮ 'ਤੇ ਬੜਾ ਪਿਆਰਾ ਵਰਕ ਹੈ, ਸਟੇਟ ਸਲਵਾਰ ਦੇ ਜਾਂ ਸਟੇਟ ਜੋ ਵੀ ਤੁਸੀਂ ਬਣਾਉਣਾ ਚਾਹੇ, ਪਲਾਜ਼ੋ ਬਣਾ ਲਓ ਜਾਂ ਸਟੇਟ ਸਲਵਾਰ, ਉਸਦੇ ਅਕੋਰਡਿੰਗ ਵਰਕ ਹੋਇਆ। ਵੈਸੇ ਇਹਨਾਂ ਨੂੰ ਆਪਾਂ ਕੁੰਦੇ ਵਾਲੀ ਵੀ ਸਲਵਾਰ ਬਣਾ ਸਕਦੇ ਹਾਂ, ਜਿਹੜਾ ਦੂਜਾ ਵਰਕ ਹੁੰਦਾ ਉਹਨੂੰ ਸਟੇਟ ਬਣਾਉਣਾ ਮੁਸ਼ਕਲ ਹੈ, ਇਹਨੂੰ ਆਪਾਂ ਬਣਾ ਸਕਦੇ ਹਾਂ ਜੀ ਕੁੰਦੇ ਵਾਲੀ ਸਲਵਾਰ ਵੀ। ਇਹ ਦੇਖੋ ਬੜਾ ਪਿਆਰਾ ਦੁਪੱਟਾ, ਦੇਖ ਸਕਦੇ ਹੋ ਤੁਸੀਂ, ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ, ਇਹਦਾ ਵਿੱਚ ਵੀ ਲਾਈਨਸ ਹੈ, ਇਹ ਸਾਰਾ ਵਰਕ ਹੈ, ਕੱਟ ਵਰਕ ਹੈ, ਬਹੁਤ ਪਿਆਰਾ ਦੁਪੱਟੇ 'ਚ ਵਰਕ ਕੀਤਾ ਹੋਇਆ, ਇਹ ਸਾਰਾ ਵਰਕ ਹੈ ਜੀ ਦੁਪੱਟੇ 'ਚ ਜਿਹੜਾ ਤੁਹਾਨੂੰ ਦਿਖ ਰਿਹਾ, ਬਹੁਤ ਪਿਆਰੇ ਦੁਪੱਟੇ, ਕੋਟੇ ਦੁਪੱਟੇ ਦੇ ਨਾਲ ਬਹੁਤ ਸੋਹਣੇ ਸੂਟ। 2500 ਪ੍ਰਾਈਸ ਦੇ ਨਾਲ, 2500 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ, ਇਹ ਮੈਂ ਤੁਹਾਨੂੰ ਸਟੇਟ ਸਲਵਾਰ ਦੇ ਹਿਸਾਬ ਨਾਲ ਦਿਖਾਏ ਹੈ। ਹੁਣ ਤੁਹਾਨੂੰ ਮੈਂ ਕਾਟਨ ਦੇ ਸੂਟ ਦਿਖਾਉਣੇ ਆ, ਜਿਨ੍ਹਾਂ ਨੂੰ ਸਟੇਟ ਸਲਵਾਰ ਨਹੀਂ ਪਾਉਣੀ ਹੁੰਦੀ, ਉਹਨਾਂ ਨੂੰ ਹੁੰਦਾ ਵੀ ਸਾਨੂੰ ਹੈਵੀ ਸਲਵਾਰ ਸੋਣ, ਇਹਦੇ ਨਾਲ 3 ਮੀਟਰ ਦੀ ਬੋਟਮ ਹੋਊਗੀ ਜੀ ਇਹ ਵਾਲੇ ਸੂਟ ਨਾਲ, ਵਿਦਆਊਟ ਲਾਈਨਿੰਗ ਹੀ ਸੂਟ ਬਣਨਾ,
ਸਕੀਨ ਵੇਚਦੇ ਆ। ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ, ਪਿੰਕ ਕਲਰ ਦੇ ਵਿੱਚ ਪ੍ਰਿੰਟਿੰਗ ਤੇ ਲੇਸਿਸ ਦੇ ਨਾਲ, ਇਹਦੇ ਵਿੱਚ ਕਲੀਆਂ ਪਾਈਆਂ ਹੋਈਆਂ, ਇਹ ਲੇਸਿਸ ਦੇ ਨਾਲ ਡਿਜ਼ਾਈਨਿੰਗ ਘੇਰੇ ਤੱਕ ਬੜਾ ਸੋਹਣਾ ਲੇਸ ਦੇ ਨਾਲ ਡਿਜ਼ਾਈਨ ਕੀਤਾ ਹੋਇਆ। ਸਕਿਨ ਬੇਸ ਹੈ ਇਹਦਾ ਸੂਟ ਦਾ ਤੇ ਪਿੰਕ ਕਲਰ ਦੇ ਵਿੱਚ ਪ੍ਰਿੰਟ, ਪਿੰਕ ਕਲਰ ਦਾ ਪ੍ਰਿੰਟ ਹੈ। ਇਹ ਆ ਗਈ ਆਪਣੀ ਸ਼ਰਟ, ਵਿਦਆਊਟ ਲਾਈਨਿੰਗ ਹੀ ਬਣਨਾ ਜੀ ਇਹ ਵਾਲਾ ਸੂਟ। ਤੇ ਇਸ ਦੇ ਨਾਲ ਹੈਗੀ ਹੈ 3 ਮੀਟਰ ਦੀ ਬੋਟਮ, ਸੇਮ ਸਟੱਫ ਹੈ ਜੀ ਇਹ, ਸੇਮ ਜਿਹੜਾ ਸ਼ਰਟ ਦਾ, ਬਹੁਤ ਜ਼ਿਆਦਾ ਸੌਫਟ ਦੇ ਵਿੱਚ ਬੜੀ ਸੋਹਣੀ ਸੈਲਫ ਜੀ ਦੇ ਵਿੱਚ ਹੈਗਾ ਫੈਬਰਿਕ ਇਹ, ਤੇ ਵਿਦਆਊਟ ਲਾਈਨਿੰਗ ਹੀ ਬਣਨਾ। ਇਸ ਦਾ ਵਰਕ ਵੀ ਤੁਸੀਂ ਦੇਖ ਸਕਦੇ ਹੋ, ਇਹ 3 ਮੀਟਰ ਦੀ ਬੋਟਮ ਹੈ ਪੂਰੀ। ਇਹ ਜਿੰਨੀ ਮਰਜ਼ੀ ਤੁਸੀਂ ਹੈਵੀ ਬਣਾ ਲਓ ਬੋਟਮ, ਤੇ ਦੇਖੋ ਇਹ ਦੂਜੇ ਤਰ੍ਹਾਂ ਪੱਲੇ ਬਣਨਗੇ ਇਹਨਾਂ ਦੇ। ਤੇ 3 ਮੀਟਰ ਦੀ ਬੋਟਮ ਹੈ ਜੀ, ਹੈਵੀ ਸਲਵਾਰ ਤੁਸੀਂ ਰੈਡੀ ਕਰਾ ਸਕਦੇ ਹੋ ਜੀ। 3 ਮੀਟਰ ਦੀ ਤਾਂ ਕਾਫੀ ਸੋਹਣੀ ਬੋਟਮ ਬਣ ਜਾਂਦੀ ਹੈ। ਇਹ ਆ ਗਈ ਇਹਦੀ ਬੋਟਮ, ਬੜਾ ਪਿਆਰਾ ਬੋਟਮ ਦੇ ਵਰਕ ਆ ਗਿਆ। ਇਸ ਦੇ ਨਾਲ ਹੈਗਾ ਪਿਓਰ ਮਲਮਲ ਕਾਟਨ ਦਾ ਦੁਪੱਟਾ, ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ, ਮਲਮਲ ਕਾਟਨ ਦਾ ਦੁਪੱਟਾ। ਦੁਪੱਟਾ ਦੇਖੋ ਪਹਿਲਾਂ ਤਾਂ ਪੂਰੀ ਚੜਾਈ ਦੁਪੱਟੇ ਦੀ ਫੁੱਲ ਲੈਂਥ ਦੇ ਵਿੱਚ, ਤੇ ਪ੍ਰੋਪਰ ਨਾਲ ਦੀ ਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ, ਬਹੁਤ ਸੋਹਣੀ ਖਰੋਸ਼ੀਆ ਲੇਸ ਜਿਹੜੀ ਸ਼ਰਟ 'ਤੇ ਲੱਗੀ ਹੋਈ ਹੈ ਉਹੀ ਖਰੋਸ਼ੀਆ ਲੇਸ ਦੁਪੱਟੇ 'ਤੇ ਲੱਗੀ ਹੋਈ ਹੈ, ਪ੍ਰੋਪਰ ਫਿਨਿਸ਼ਿੰਗ ਸੂਟ ਦੀ ਹੋਈ ਹੈ। 3 ਮੀਟਰ ਦੀ ਬੋਟਮ ਹੈ ਵਿਦ ਵਰਕ, ਬਹੁਤ ਸੋਹਣਾ ਵਰਕ ਹੋਇਆ ਜੀ ਬੋਟਮ 'ਤੇ, ਅਤੇ ਬੜਾ ਪਿਆਰਾ ਸੂਟ ਹੈ ਇਹ। 2650 ਪ੍ਰਾਈਜ਼ ਹੈ ਜੀ ਇਹ ਵਾਲੇ ਸੂਟ ਦਾ, 2650 ਪ੍ਰਾਈਜ਼ ਦੇ ਨਾਲ ਆਪਣਾ ਇਹ ਵਾਲਾ ਸੂਟ, ਬਹੁਤ ਪਿਆਰੀ ਲੁੱਕ ਹੈ। ਇਹਦੇ ਵਿੱਚ ਸੇਮ ਦੇ ਵਿੱਚ ਹੀ ਮੈਂ ਤੁਹਾਨੂੰ ਕਲਰ ਦਿਖਾਉਂਦੀ ਹਾਂ, ਮਸਟਰਡ ਕਲਰ ਜਿਹੜਾ ਪਿੰਕ ਪ੍ਰਿੰਟ ਸੀਗਾ ਉਹਦੇ ਵਿੱਚ ਸੇਮ ਦੇ ਵਿੱਚ, ਬਾਕੀ ਸੂਟ ਦਾ ਬੇਸ ਸੇਮ ਰਹਿਣਾ, ਸਕਿਨ ਕਲਰ ਦੇ ਵਿੱਚ ਹੀ ਰਹਿਣਾ, ਬਸ ਪ੍ਰਿੰਟਿੰਗ ਚੇਂਜ ਹੈ। ਮਸਟਰਡ ਕਲਰ, ਯੈਲੋ ਮਸਟਰਡ ਕਲਰ ਹੈ, ਬਹੁਤ ਸੋਹਣੀ ਲੇਸ ਦੇ ਨਾਲ ਫਿਨਿਸ਼ਿੰਗ ਘੇਰੇ ਤੱਕ। ਇਹ ਆਪਣੀ ਸ਼ਰਟ ਆ ਗਈ, ਅਤੇ ਨਾਲ ਹੈਗੀ ਹੈ 3 ਮੀਟਰ ਦੀ ਬੋਟਮ, ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ, ਵਿਦਆਊਟ ਲਾਈਨਿੰਗ ਸੂਟ ਬਣਨਾ ਇਹ। ਇਹ ਬੋਟਮ 'ਤੇ ਵਰਕ ਆ ਗਿਆ ਜੀ ਇਹਦਾ, ਬਹੁਤ ਪਿਆਰਾ ਵਰਕ ਬੋਟਮ 'ਤੇ। 3 ਮੀਟਰ ਦੀ ਬੋਟਮ ਹੈ, ਪੂਰੀ ਹੈਵੀ ਸਲਵਾਰ ਬਣਾ ਸਕਦੇ ਹੋ ਤੁਸੀਂ ਨਾਲ, 3 ਮੀਟਰ ਬੋਟਮ ਦੇ ਨਾਲ ਇਹ ਆਪਣਾ ਸੂਟ। ਬਹੁਤ ਸੋਹਣੀ ਬੋਟਮ ਹੈ, ਇੱਥੇ ਤੋਂ ਤੁਹਾਨੂੰ ਥੋੜ੍ਹਾ ਆਈਡੀਆ ਹੋ ਜਾਊਗਾ, ਤਾਂ ਕਰਕੇ ਮੈਂ ਥੋੜ੍ਹਾ ਜਿਹਾ ਰੱਖਦੀ ਹੁੰਦੀ ਹਾਂ ਉਸ ਹਿਸਾਬ ਨਾਲ, ਵੀ ਆਪਾਂ ਨੂੰ ਕਲਰ ਚੁਆਇਸ ਕਰਨ 'ਚ ਈਜ਼ੀ ਹੋ ਜਾਂਦਾ ਵੀ ਆਪਾਂ ਕਿਹੜਾ ਲੈਣਾ। ਇਹ ਯੈਲੋ ਮਸਟਰਡ ਕਲਰ ਹੈ, ਅਤੇ ਨਾਲ ਪਿਓਰ ਮਲਮਲ ਕਾਟਨ ਦਾ ਦੁਪੱਟਾ, ਪੂਰਾ 2.5 ਮੀਟਰ ਦਾ ਦੁਪੱਟਾ ਹੋਊਗਾ, ਪ੍ਰੋਪਰ ਫਿਨਿਸ਼ਿੰਗ ਦੇ ਨਾਲ, ਸੇਮ ਲੇਸ ਜਿਹੜੀ ਸ਼ਰਟ 'ਤੇ ਲੱਗੀ ਹੋਈ ਹੈ ਸੇਮ ਲੇਸ ਦੇ ਨਾਲ ਫਿਨਿਸ਼ਿੰਗ ਹੋਈ ਹੈ ਜਿਹਦੀ। ਬਹੁਤ ਪਿਆਰਾ ਸੂਟ ਹੈ, ਇਹ ਦੇਖੋ ਇਸਦੇ ਲੁੱਕ, ਅਤੇ 2650 ਪ੍ਰਾਈਜ਼ ਹੈ ਜੀ। 2 ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦਿਖਾਏ ਆ, 3 ਮੀਟਰ ਬੋਟਮ ਦੇ ਨਾਲ ਵਰਕ ਦੇ ਨਾਲ, 2650 ਪ੍ਰਾਈਜ਼ ਦੇ ਨਾਲ। ਇਹ ਤਾਂ ਕਾਟਨ ਦੇ ਸੂਟ ਸੀਗੇ, ਹੁਣ ਪਿਓਰ ਮਸਲੀਨ ਦੇ ਸੂਟ ਸ਼ੁਰੂ ਕਰਦੇ ਹਾਂ ਆਪਾਂ, ਬੋਟਮ ਵਰਕ ਵਾਲੇ ਹੀ ਹੋਣਗੇ ਬਿਲਕੁਲ ਪਿਓਰ ਮਸਲੀਨ ਦੇ ਵਿੱਚ। ਪਿਓਰ ਮਸਲੀਨ ਦੇ ਵਿੱਚ ਹੈ ਜੀ, ਬਲੈਕ ਕਲਰ ਦੇ ਵਿੱਚ ਹੈ ਇਹਨਾਂ ਦੇ ਵਿੱਚ। ਇੱਕ ਮੈਂ ਹੋਰ ਦੱਸ ਦਿੰਦੀ ਹਾਂ ਤੁਹਾਨੂੰ, ਇਹ ਸੇਮ ਪ੍ਰਿੰਟਿੰਗ ਦੇ ਵਿੱਚ ਸੈਮੀ ਮਸਲੀਨ ਦੇ ਵਿੱਚ ਵੀ ਸੂਟ ਆ ਰਹੇ ਹੈ, ਉਹ ਥੋੜ੍ਹੇ ਘੱਟ ਰੇਂਜ ਦੇ ਵਿੱਚ ਹੁੰਦੇ ਆ, ਪਰ ਕਈ ਜਿਵੇਂ ਕਸਟਮਰ ਨੂੰ ਹੁੰਦਾ ਵੀ ਪਤਾ ਨਹੀਂ ਉਹੀ ਚੀਜ਼ ਹੈ ਜੀ, ਇਹ ਘੱਟ ਰੇਟ ਦੇ ਵਿੱਚ ਸੀਗੇ, ਪਰ ਇਹ ਪਿਓਰ ਮਸਲੀਨ ਹੈ, ਬਿਲਕੁਲ ਪਿਓਰ ਮਸਲੀਨ ਦੇ ਵਿੱਚ, ਸੌਫਟ ਹੁੰਦੀ ਹੈ ਜੀ ਜਿਹੜੀ ਪਿਓਰ ਮਸਲੀਨ ਹੁੰਦੀ ਹੈ, ਬਿਲਕੁਲ ਸੌਫਟ ਦੇ ਵਿੱਚ ਹੈ ਨਾ,
ਜਿਹੜੀ ਸੈਮੀ ਹੁੰਦੀ ਹੈ ਉਹ ਹਾਰਡ ਹੁੰਦੀ ਹੈ, ਚੁਭਣ ਵਾਲੀ ਹੁੰਦੀ ਹੈ ਜਿਹੜੀ ਸੈਮੀ ਮਸਲੀਨ ਹੁੰਦੀ ਹੈ। ਇਹ ਬਿਲਕੁਲ ਪਿਓਰ ਮਸਲੀਨ ਦਾ ਸੂਟ ਹੈ। ਇਹ ਜਿਨ੍ਹਾਂ ਕੋਲ ਗਿਆ ਹੋਣਾ ਜਾਂ ਹੁਣ ਪਰਚੇਸ ਕਰਨਗੇ ਆਪੇ ਤੁਸੀਂ ਜਜਮੈਂਟ ਕਰ ਲਓਗੇ। ਬਲੈਕ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ। ਇਹ ਸ਼ਰਟ ਆ ਗਈ ਆਪਣੀ 2.5 ਮੀਟਰ ਦੀ ਪੂਰੀ ਸ਼ਰਟ ਹੋਊਗੀ, ਬਿਲਕੁਲ ਪਿਓਰ ਮਸਲੀਨ ਦੇ ਵਿੱਚ ਇਹ ਸ਼ਰਟ ਹੈ। ਅਤੇ ਇਸ ਦੇ ਨਾਲ ਪਿਓਰ ਮਸਲੀਨ ਦੀ ਉਹ ਬੋਟਮ ਹੈ, ਇਹ ਬੋਟਮ 'ਤੇ ਵਰਕ ਆ ਗਿਆ, ਇਹ ਬੋਟਮ 'ਤੇ ਵਰਕ ਹੈ, ਬਹੁਤ ਪਿਆਰਾ ਵਰਕ ਬੋਟਮ 'ਤੇ ਹੋਇਆ। ਅਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਦੁਪੱਟਾ, ਪੂਰਾ 2.5 ਮੀਟਰ ਦਾ ਦੁਪੱਟੇ ਦੇਖੋ ਕਿੰਨੇ ਖੁੱਲ੍ਹੇ ਆ, ਬਹੁਤ ਪਿਆਰੇ ਦੁਪੱਟੇ ਆ, ਇਹ ਪਿਓਰ ਮਸਲੀਨ ਦੇ ਵਿੱਚ ਹੈ ਜੀ ਦੁਪੱਟਾ ਵੀ, ਬਹੁਤ ਸੋਹਣਾ ਸੂਟ ਹੈ। ਇਹ ਦੇਖੋ ਲੁੱਕ ਦੇਖ ਸਕਦੇ ਹੋ ਤੁਸੀਂ ਸੂਟ ਦੀ, 3200 ਪ੍ਰਾਈਜ਼ ਹੈ ਜੀ, 3200 ਪ੍ਰਾਈਜ਼ ਹੈ ਵਾਲੇ ਸੂਟ ਦਾ। ਹੁਣ ਮੈਂ ਇਹਦੇ ਪ੍ਰਿੰਟ ਦਿਖਾਉਂਦੀ ਹਾਂ, ਇਹਦੇ ਵਿੱਚ ਪ੍ਰਿੰਟ ਸੇਮ ਹੀ ਹੋਣਾ, ਬਸ ਕਲਰ ਚੇਂਜ ਹੋਈ ਜਾਣਗੇ। ਇੱਕ ਕਰੀਮ ਹੈ ਸੇਮ ਪ੍ਰਿੰਟ ਦੇ ਵਿੱਚ, ਵਰਕ ਵੀ ਸੇਮ ਰਹਿਣਾ ਕਰੀਮ ਕਲਰ। ਆਫ ਵਾਈਟ ਕਲਰ ਹੈ, ਇਹ ਬੋਟਮ 'ਤੇ ਵਰਕ ਆ ਗਿਆ, ਬਹੁਤ ਪਿਆਰਾ ਵਰਕ ਹੋਇਆ ਬੋਟਮ 'ਤੇ। ਪਿਓਰ ਮਸਲੀਨ ਦੀ ਬੋਟਮ ਹੈ, ਪਿਓਰ ਮਸਲੀਨ ਦਾ ਹੀ ਸ਼ਰਟ, ਪਿਓਰ ਮਸਲੀਨ ਦਾ ਦੁਪੱਟਾ, ਪੂਰਾ 2.5 ਮੀਟਰ ਦਾ। ਇਹ ਦੇਖੋ ਦੁਪੱਟੇ, ਬਹੁਤ ਸੋਹਣਾ ਖੁੱਲ੍ਹਾ ਦੁਪੱਟਾ। ਇਹ ਕਰੀਮ ਕਲਰ ਹੈ, ਆਫ ਵਾਈਟ ਕਲਰ ਦੇ ਵਿੱਚ, 3200 ਪ੍ਰਾਈਜ਼ ਹੈ ਜੀ, 3200 ਪ੍ਰਾਈਜ਼ ਹੈ। ਇਹ ਪਹਿਲਾਂ ਵੀ ਆਏ ਸੀਗੇ ਸੂਟ ਮੇਰੇ ਕੋਲ, ਕਰੀਮ ਅਤੇ ਬਲੈਕ ਤਾਂ ਸੇਮ ਆਇਆ ਕਲਰ, ਬਟ ਬਾਕੀ ਕਲਰ ਸਾਰੇ ਚੇਂਜ ਹੈ ਜੀ ਇਹਦੇ ਵਿੱਚ, ਬਾਕੀ ਸਾਰੇ ਕਲਰ ਚੇਂਜ ਹੈ। ਇਹ ਯੈਲੋ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਸੋਹਣਾ, ਬਹੁਤ ਪਿਆਰਾ ਜਿਹਾ ਯੈਲੋ ਹੈ ਇਹ, ਬਹੁਤ ਸੋਹਣਾ ਪ੍ਰਿੰਟ, ਪਿਓਰ ਮਸਲੀਨ ਦੇ ਵਿੱਚ ਸੂਟ, ਅਤੇ ਪਿਓਰ ਮਸਲੀਨ ਦੀ ਉਹ ਬੋਟਮ ਹੈ ਜੀ ਇਹਦੇ ਨਾਲ। ਅਤੇ ਬੋਟਮ 'ਤੇ ਵਰਕ ਹੈ, ਇਹ ਬੋਟਮ 'ਤੇ ਵਰਕ ਆ ਗਿਆ, ਬਹੁਤ ਸੋਹਣਾ ਵਰਕ ਬੋਟਮ 'ਤੇ ਹੋਇਆ, ਅਤੇ ਪਿਓਰ ਮਸਲੀਨ ਦੁਪੱਟਿਆਂ ਦੇ ਨਾਲ, ਬਿਲਕੁਲ ਪਿਓਰ ਮਸਲੀਨ ਦਾ ਸੂਟ ਹੈ ਇਹ। ਦੁਪੱਟੇ ਕਿੰਨੇ ਪਿਆਰੇ, ਬਹੁਤ ਪਿਆਰੇ ਦੁਪੱਟੇ, ਪੂਰੇ ਖੁੱਲ੍ਹੇ ਦੁਪੱਟੇ ਹੈ, ਬਹੁਤ ਸੋਹਣੇ। ਅਤੇ ਕਲਰ ਬੜਾ ਪਿਆਰਾ ਇਹਦਾ ਯੈਲੋ ਦਾ, ਬਹੁਤ ਸੋਹਣਾ, ਪਹਿਲਾਂ ਆਇਆ ਸੀ ਥੋੜ੍ਹਾ ਕਾਲਸ 'ਤੇ ਸੀਗਾ ਯੈਲੋ, ਅਤੇ ਹੁਣ ਥੋੜ੍ਹਾ ਬੜਾ ਪਿਆਰਾ ਜਿਹਾ ਯੈਲੋ ਕਲਰ ਹੈ ਜੀ ਇਹਦਾ। ਅਤੇ ਨੈਕਸਟ ਕਲਰ ਆ ਗਿਆ ਪਿਸਤਾ ਗ੍ਰੀਨ ਕਲਰ, ਗ੍ਰੀਨਿਸ਼ ਟੋਨ 'ਤੇ ਹੈ ਜੀ ਇਹ ਵਾਲਾ ਸੂਟ। ਇਹਨਾਂ ਦੇ ਸਾਰੇ ਕਲਰ ਬੜੇ ਅਲੱਗ ਜਿਹੇ ਕਲਰ ਆਏ ਆ ਹੁਣ। ਬਹੁਤ ਪਿਆਰਾ ਕਲਰ ਹੈ ਗ੍ਰੀਨਿਸ਼ ਟੋਨ 'ਤੇ, ਬਹੁਤ ਪਿਆਰਾ ਪ੍ਰਿੰਟ ਹੈ। ਬੋਟਮ 'ਤੇ ਵਰਕ ਆ ਗਿਆ ਇਹਦੇ, ਬਹੁਤ ਸੋਹਣਾ ਵਰਕ ਬੋਟਮ 'ਤੇ, ਬਿਲਕੁਲ ਪਿਓਰ ਮਸਲੀਨ ਦੀ ਬੋਟਮ ਹੈ, ਪਿਓਰ ਮਸਲੀਨ ਦੀ ਉਹ ਸ਼ਰਟ, ਅਤੇ ਪਿਓਰ ਮਸਲੀਨ ਦਾ ਦੁਪੱਟਾ, ਪੂਰਾ 2.5 ਮੀਟਰ ਦਾ ਦੁਪੱਟੇ, ਬਹੁਤ ਜ਼ਿਆਦਾ ਸੋਹਣੇ ਦੁਪੱਟੇ ਹੈ, ਅਤੇ ਬਹੁਤ ਪਿਆਰੇ ਸੂਟ ਹੈ, ਬਹੁਤ ਸੋਹਣਾ ਸੂਟ। 3200 ਪ੍ਰਾਈਜ਼ ਦੇ ਨਾਲ 3200 ਪ੍ਰਾਈਜ਼ ਹੈ ਜੀ ਇਹਨਾਂ ਸੂਟਾਂ ਦਾ। ਨੈਕਸਟ ਹੈਗਾ ਬੜਾ ਪਿਆਰਾ ਜਿਹਾ ਬਲਿਊ ਹੈ, ਰੋਇਲ ਬਲਿਊ ਕਲਰ ਹੈ,
ਬਹੁਤ ਘੱਟ ਆਉਂਦਾ ਜੀ ਰਾਇਲ ਬਲੂ ਕਲਰ ਹਮੇਸ਼ਾ ਸੂਟਾਂ ਦੇ ਵਿੱਚ, ਹਮੇਸ਼ਾ ਜਾਂ ਤਾਂ ਨੇਵੀ ਬਲੂ ਹੁੰਦਾ ਜਾਂ ਦੂਜਾ ਕਲਰ ਹੁੰਦਾ ਬਲੂ। ਇਹ ਬੜਾ ਸੋਹਣਾ ਰਾਇਲ ਬਲੂ ਕਲਰ ਹੈ, ਬਹੁਤ ਪਿਆਰਾ ਜਿਹਾ ਬਲੂ, ਡਿਫਰੈਂਟ ਜਿਹਾ ਕਲਰ ਹੈ। ਅਤੇ ਇਹ ਬੋਟਮ 'ਤੇ ਆ ਗਿਆ ਵਰਕ, ਬਹੁਤ ਸੋਹਣਾ ਬੋਟਮ 'ਤੇ ਵਰਕ ਹੈ ਅਤੇ ਨਾਲ ਪਿਓਰ ਮਸਲੀਨ ਦੇ ਦੁਪੱਟੇ। ਪੂਰੇ 2.5 ਮੀਟਰ ਦੇ ਦੁਪੱਟੇ ਹੈ, ਫੁੱਲ ਪੂਰੇ ਚੜਾਈ ਦੇ ਵਿੱਚ ਦੁਪੱਟੇ ਹੋਣਗੇ, ਪੂਰੀ ਲੰਬਾਈ ਹੈ। ਹਮੇਸ਼ਾ ਜਿਹੜੇ ਪਿਓਰ ਦੇ ਸੂਟ ਹੁੰਦੇ ਐਗਜੈਕਟ, ਉਹਨਾਂ ਦੇ ਨਾਲ ਹਮੇਸ਼ਾ ਪਿਓਰ ਦਾ ਦੁਪੱਟਾ ਹੋਊਗਾ ਜੀ। ਹਮੇਸ਼ਾ ਮੈਂ ਹਮੇ ਅੱਗੇ ਵੀ ਦੱਸਦੀ ਹੁੰਦੀ ਹਾਂ ਵੀ ਜਿਹੜਾ ਤੁਹਾਡਾ ਪਿਓਰ ਦਾ ਸੂਟ ਹੈ ਉਸਦੇ ਨਾਲ ਦੁਪੱਟਾ ਹਮੇਸ਼ਾ 2.5 ਮੀਟਰ ਦਾ ਹੁੰਦਾ। ਇਹ ਦੇਖੋ ਬੜਾ ਪਿਆਰਾ ਬਲੂ ਕਲਰ ਹੈ, 3200 ਪ੍ਰਾਈਜ਼ ਹੈ ਜੀ, 3200 ਪ੍ਰਾਈਜ਼ ਹੈ ਜਿਹੜੇ ਪਿਓਰ ਮਸਲੀਨ ਦੇ ਮੈਂ ਸੂਟ ਦਿਖਾਏ ਆ ਤੁਹਾਨੂੰ। ਹਾਂਜੀ, ਅੱਜ ਦੀ ਕਲੈਕਸ਼ਨ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ। ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803, 8186568603। ਲਾਈਕ ਜ਼ਰੂਰ ਕਰਿਆ ਕਰੋ ਅਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ। ਵੀਡੀਓ ਦੇਖਣ ਲਈ ਥੈਂਕ ਯੂ, ਥੈਂਕ ਯੂ ਵੈਰੀ ਮੱਚ।